ਵਸਾਤ ਵਸਲਾਮ ਵਾਲੇਕੁਮ ਨਮਸਕਾਰ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਚਾਚਾ ਇਕਬਾਲ ਅਤੇ ਤੁਸੀਂ ਦੇ ਸਰੇਕੀ ਚੈਨਲ ਚੰਨ ਵਸਾਤ ਯਾਰ ਤੁਹਾਡੀ ਬੜੀ ਮਿਹਰਬਾਨੀ ਤੁਸੀਂ ਮੈਂ ਬਹੁਤ ਯਾਦ ਕੀਤਾ ਹੈ ਕਿ ਚਾਚਾ ਤੂੰ ਕਿੱਥੇ ਗਾਇਬ ਸੀ ਗਏ ਕਾਫੀ ਤੁਹਾਡੇ ਮੈਸੇਜਸ ਵੀ ਮੈਂ ਮਿਲੇ ਤੁਹਾਡੀ ਬਹੁਤ ਮਿਹਰਬਾਨੀ ਧੰਨਵਾਦ ਯਾਰ ਗੱਲ ਇਵੇਂ ਹੈ ਕਿ ਇਨਸਾਨ ਦੀ ਜ਼ਿੰਦਗੀ ਦਾ ਕੋਈ ਪਤਾ ਨਹੀਂ ਚੱਲਦਾ ਮੇਰੇ ਕੁਛ ਘਰੇਲੂ ਮਸਰੂਫੀਆਤ ਹਨ ਜਿਹੜੀ ਅਲਹਮਦੁਲਿਲਾ ਕਾਫੀ ਹੱਦ ਤੱਕ ਉਹ ਰਿਜ਼ਾਲਵ ਹੋ ਚੁੱਕੇ ਨੇ ਇਸ਼ੂਸ ਔਰ ਦੂਜਾ ਜਿਹੜਾ ਮਸਲਾ ਆਈ ਉਹ ਹੈ ਮੇਰੀ ਏਜ ਰਿਲੇਟਡ ਇਸ਼ੂਜ਼ ਹਨ ਕੁਛ ਟੈਸਟ ਕਰਾਉਣੇ ਹਨ ਡਾਕਟਰ ਨਾਲ ਮੁਲਾਕਾਤ ਕਰਾਉਣੀ ਹੈ ਕਿਉਂਕਿ COVID-19 ਦੀ ਵਜ੍ਹਾ ਕੋਲੋਂ ਆਦਮੀ ਘਰ ਕੋਲ ਬਾਹਰ ਨਹੀਂ ਨਿਕਲ ਸਕਦਾ ਆਈ ਇਹ ਵਜ੍ਹਾ ਕੋਲੋਂ ਕਾਫੀ ਅਰਸਾ ਸੀ ਕਿ ਮੈਂ ਆਪਣੇ ਟੈਸਟ ਵਗੈਰਾ ਨਹੀਂ ਕਰਾਏ ਮੈਂ ਟੈਸਟ ਕਰਾਇਆ ਡਾਕਟਰ ਨਾਲ ਮੁਲਾਕਾਤ ਥਈ ਹੈ ਉਹ ਆਖਿਆ ਚਾਚਾ ਗਾਲ ਹੈ ਇਵੇਂ ਹੁਣ ਤੂੰ ਥੋੜ੍ਹਾ ਜ਼ਿਆਦਾ ਸਲੋਅ ਥੀ ਵਈ ਔਰ ਇਹ ਜਿਹੜੇ ਨਵੇਂ ਤੇਰੇ ਮਹਿਮਾਨ ਹਨ ਨਵੇਂ ਬਿਮਾਰੀਆਂ ਹਨ ਇਹਨਾਂ ਦੇ ਨਾਲ ਤੂੰ ਗੁਜ਼ਾਰਾ ਕਰੇ ਸੀ ਮੈਂ ਕਿਹਾ ਠੀਕ ਹੈ ਪਹਿਲੇ ਤਾਂ ਪਤਾ ਥੋੜ੍ਹੀ ਤਕਲੀਫ ਤਾਂ ਥੀਂਦੀ ਹੈ ਇਨਸਾਨ ਕੋ ਲੇਕਿਨ ਬਾਅਦ ਵਿੱਚ ਮੈਂ ਕਿਹਾ ਯਾਰ ਚਲੋ ਠੀਕ ਹੈ ਯਾਰ ਇਹ ਹਕੀਕਤ ਹੈ ਇਹ ਹਕੀਕਤ ਨੂੰ ਤਸਲੀਮ ਕਰਨਾ ਚਾਹੀਦਾ ਹੈ ਅਤੇ ਇਹਨਾਂ ਨਵੇਂ ਮਹਿਮਾਨਾਂ ਦੇ ਨਾਲ ਰਹਾਉਣਾ ਚਾਹੀਦਾ ਹੈ ਸੋ ਦੁਆ ਕਰੋ ਕਿ ਅੱਲਾਹ ਤਾਲਾ ਮੈਂ ਕੋਈ ਇਹਨਾਂ ਨਵੇਂ ਮਹਿਮਾਨਾਂ ਦੇ ਨਾਲ ਸਹੀ ਤਰੀਕੇ 'ਤੇ ਰਹਾਉਣ ਦੀ ਤੋਫੀਕ ਅਤਾ ਫਰਮਾਏ ਅਸਾਂ ਨਾਲ ਇਹ ਮੌਜੂਦ ਹਨ ਚੰਨ ਮਸਾਤ ਇਹ ਵੀ ਤੁਹਾਨੂੰ ਸਲਾਮ ਕਰੇ ਨੇ ਤਾਂ ਜੀ ਚੰਨ ਮਸਾਤ ਮਸਾਤੋ ਅਸਲਾਮ ਅਲੈਕੁਮ ਅਤੇ ਨਾਲੇ ਈਦ ਮੁਬਾਰਕ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋ ਸੋ ਕਰੋਨਾ ਦੀ ਵਜ੍ਹਾ ਕੋਲ ਦੁਨੀਆ ਬਹੁਤ ਪਰੇਸ਼ਾਨ ਹੈ ਅਤੇ ਨਾਲੇ ਬਹੁਤ ਸਾਰੇ ਇਨਸਾਨ ਬਿਮਾਰ ਹੀ ਪੈਣ ਕਰੋਨਾ ਦੀ ਵਜ੍ਹਾ ਕੋਲ ਕਾਫੀ ਅੱਲਾਹ ਕੋ ਪਿਆਰੇ ਥੀ ਗਏ ਅੱਲਾਹ ਤਾਲਾ ਉਹਨਾਂ ਕੋ ਆਪਣੀ ਜਵਾਹਰ ਰਹਿਮਤ ਵਿੱਚ ਜਾ ਲੇਵੇ ਅਤੇ ਜੰਨਤ ਨੂੰ ਫਿਰ ਦੋਸ ਅਤਾ ਕਰੇ ਉਹਨਾਂ ਕੋ ਅਤੇ ਕਰੋਨਾ ਦੀ ਵਜ੍ਹਾ ਤੋਂ ਬਿਮਾਰ ਪੈਣ ਅੱਲਾਹ ਉਹਨਾਂ ਕੋ ਸ਼ਫਾ ਦੇਵੇ ਵੀ ਮਸਾ ਤੋਂ ਆਪਣਾ ਅਤੇ ਆਪਣੇ ਦੋਸਤਾਂ ਦਾ ਬਹੁਤ ਖਿਆਲ ਕਰੋ ਕਰੋਨਾ ਜਿਹੜਾ ਬਹੁਤ ਕੁੱਤੀ ਸ਼ਹਿਰ ਅੱਲਾਹ ਤਾਲਾ ਤੁਹਾਕੂ ਅਤੇ ਸਾਕੂ ਆਪਣੀ ਹਿਫਜ਼ ਮਾਨ ਵਿੱਚ ਰੱਖੇ ਚੰਨ ਮਸਾ ਤੋਂ ਤੱਕ ਈਦ ਮੁਬਾਰਕ ਕਰ ਛੋੜੀਏ ਤਾਂ ਮੇਰੀ ਤਰਫ ਕੋਲ ਵੀ ਚਾਚਾ ਇਕਬਾਲ ਤਰਫ ਕੋਲ ਵੀ ਤੁਹਾਕੂ ਬਹੁਤ ਬਹੁਤ ਈਦ ਮੁਬਾਰਕ ਹੋਵੇ ਜੇ ਸਾਰੇ ਪਾਸੇ ਆਦੇ ਨਾ ਸੋ ਛੋਟਿਆ ਸੇ ਕੱਪੜਿਆਂ ਦੀ ਮੁਬਾਰਕ ਹੋਵੇ ਰੋਜ਼ਾ ਦੀ ਮੁਬਾਰਕ ਹੋਵੇ ਹਰ ਇੱਕ ਸ਼ਹਿਰ ਦੀ ਮੁਬਾਰਕ ਹੋਵੇ ਅੱਲਾਹ ਤੁਹਾਕੂ ਮੁਬਾਰਕ ਕਰੇ ਔਰ ਖੁਸ਼ੀਆਂ ਨਸੀਬ ਕਰੇ ਅੱਜ ਕੱਲ੍ਹ ਚੂੰਕਿ ਕਰੋਨਾ ਹੈ ਇਹਤਿਆਤ ਬਹੁਤ ਕਰਨੀ ਚਾਹੀਦੀ ਹੈ ਨਾ ਗੱਕੀਆਂ ਪਵੇ ਅਤੇ ਨਾ ਪੱਪੀਆਂ ਕਰੇ ਦੂਜਾ ਬਹੁਤ ਸਾਰੇ ਲੋਕ ਇਹ ਦੁਨੀਆ ਤੋਂ ਸਾਡੇ ਕੋਲੋਂ ਵਿਛੜ ਗਏ ਸਾਡੇ ਰਿਸ਼ਤੇਦਾਰ ਸਾਡੇ ਦੋਸਤ ਸਾਡੇ ਅਹਿਬਾਬ ਕੁਛ ਕਰੋਨਾ ਦੀ ਵਜ੍ਹਾ ਕੋਲੋਂ ਅਤੇ ਕੁਛ ਨੈਚੁਰਲ ਡੈਥ ਸਹੀ ਉਹਨਾਂ ਦੀ ਤਾਂ ਅੱਲਾਹ ਉਹਨਾਂ ਸਾਰਾ ਕੁਝ ਬਖਸ਼ੇ ਉਹਨਾਂ ਦੇ ਦਰਜਾਤ ਬੁਲੰਦ ਕਰੇ ਉਹ ਲੋਕ ਜਿਹੜੇ ਕਿ ਕਰੋਨਾ ਦੀ ਵਜ੍ਹਾ ਕੋਲੋਂ ਪਰੇਸ਼ਾਨ ਹਨ ਅੱਲਾਹ ਉਹਨਾਂ ਦੀ ਪਰੇਸ਼ਾਨੀ ਆਸਾਨ ਕਰੇ ਉਹ ਜਿਹੜੇ ਕਰੋਨਾ ਕੋਲ ਜਿਹਨਾਂ ਦੀ ਡੈਥ ਹੀ ਗਈ ਹੈ ਅੱਲਾਹ ਤਾਲਾ ਉਹਨਾਂ ਕੋ ਖਰੀ ਕੇ ਰਹਿਮਤ ਕਰੇ ਤਾਂ ਮਸਾਂ ਤੋਂ ਬਹੁਤ ਇਹਤਿਆਤ ਕਰਨ ਦੀ ਜ਼ਰੂਰਤ ਹੈ ਇਹ ਬਹੁਤ ਜ਼ਾਲਿਮ ਚੀਜ਼ ਹੈ ਸਾਰੇ ਲੋਕ ਹਾਲੇ ਤੱਕ ਵੀ ਇਹਦੇ ਉੱਤੇ ਇਤਬਾਰ ਨਹੀਂ ਕਰਦੇ ਯਕੀਨ ਨਹੀਂ ਕਰਦੇ ਲੇਕਿਨ ਇਹਤਿਆਤ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜ਼ਿੰਦਗੀ ਅੱਲਾਹ ਤਾਲਾ ਦੀ ਅਮਾਨਤ ਹੈ ਔਰ ਇਹ ਅਮਾਨਤ ਵਿੱਚ ਤੁਸੀਂ ਖਿਆਨਤ ਨਾ ਕਰੋ ਤਾਂ ਇਨਸ਼ਾਅੱਲਾ ਤੁਹਾਨੂੰ ਹੁਣ ਉਮੀਦ ਹੈ ਕਿਵੇਂ ਨਾ ਕਿਵੇਂ ਮੁਲਾਕਾਤ ਹੀ ਸੀ ਰਾਂਦੀ ਤੁਸੀਂ ਆਪਣਾ ਬਹੁਤ ਖਿਆਲ ਰੱਖੋ ਵਾਲਾ ਇਨਸ਼ਾਅੱਲਾ ਮਿਲਸੂ ਇੱਕ ਨਵੀਂ ਵੀਡੀਓ ਦੇ ਨਾਲ ਔਰ ਮੈਂ ਕੁਝ ਇਜਾਜ਼ਤ ਅੱਲਾਹ ਦੇ ਹਵਾਲੇ ਅੱਲਾਹ ਹਾਫਿਜ਼